ਦਸੂਆ ਦੇ ਪਿੰਡ ਟੀਰਕਿਆਣਾ ਦੇ ਰਹਿਣ ਵਾਲੇ ਦੋ ਨੌਜਵਾਨ ਜਿਨ੍ਹਾਂ ਦਾ ਪਿਛਲੇ ਦਿਨੀ ਅਮਰੀਕਾ ਵਿੱਚ ਸੜਕ ਹਾਦਸਾ ਹੋਣ ਤੋਂ ਬਾਅਦ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ। ਉਹਨਾਂ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਅੱਜ 36 ਦਿਨਾਂ ਬਾਅਦ ਉਹਨਾਂ ਦੇ ਜੱਦੀ ਪਿੰਡ ਟੀਰਕਿਆਣੇ ਵਿਖੇ ਪਹੁੰਚੀਆਂ। ਇਹ ਦੋਵੇਂ ਨੌਜਵਾਨ ਆਪਸ ਵਿੱਚ ਦੋਸਤ ਸਨ ਅਤੇ ਇਕੱਠੇ ਹੀ ਅਮਰੀਕਾ ਗਏ ਸਨ। ਇਹ ਅਮਰੀਕਾ ਵਿੱਚ ਇਕੱਠੇ ਟਰਾਲਾ ਚਲਾਉਣ ਦਾ ਕੰਮ ਕਰਦੇ ਸੀ ਅਤੇ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਵੱਲ ਨੂੰ ਜਾ ਰਹੇ ਸਨ। ਜਦੋਂ ਇਹ ਦੋਵੇਂ ਨੌਜਵਾਨ ਹਾਈਵੇ ਨੰਬਰ 144 'ਤੇ ਪਹੁੰਚੇ ਤਾਂ ਗਲਤ ਸਾਈਡ ਤੋਂ ਆ ਰਹੇ ਇੱਕ ਟਰਾਲੇ ਨਾਲ ਉਹਨਾਂ ਦਾ ਐਕਸੀਡੈਂਟ ਹੋ ਗਿਆ। ਇਹ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਤਕਰੀਬਨ 6 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਉਹਨਾਂ ਨੂੰ ਇਸ ਵਿੱਚੋਂ ਕੱਢਿਆ ਗਿਆ ਅਤੇ ਇਹਨਾਂ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਹੁਣ ਦੋਵਾਂ ਦੇ ਅੰਤਿਮ ਸੰਸਕਾਰ ਇੱਕੋ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ, ਜਿੱਥੇ ਪਿੰਡ ਦੇ ਹੀ ਸ਼ਮਸ਼ਾਨ ਘਾਟ ਵਿੱਚ ਰੋਂਦੇ ਹੋਏ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਦੋਵਾਂ ਨੂੰ ਅੰਤਿਮ ਵਿਦਾਈ ਦਿੱਤੀ। ਇੱਕੋ ਪਿੰਡ ਦੇ ਰਹਿਣ ਵਾਲੇ ਦੋ ਦੋਸਤਾਂ ਦੇ ਪਰਿਵਾਰ ਦਾ ਸੋਗ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਮਰਨ ਵਾਲਿਆਂ 'ਚੋਂ ਸੁਖਜਿੰਦਰ ਸਿੰਘ ਪੁੱਤਰ ਸਰੂਪ ਸਿੰਘ ਉਮਰ 23 ਸਾਲ, ਇਹ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਸੁਖਵਿੰਦਰ ਸਿੰਘ ਦੇ ਪਿਤਾ ਖੇਤੀਬਾੜੀ ਕਰਦੇ ਸਨ, ਅਤੇ ਦੂਜੇ ਨੌਜਵਾਨ ਦੀ ਪਹਿਚਾਣ ਸਿਮਰਨਜੀਤ ਸਿੰਘ ਪੁੱਤਰ ਵਿੰਦਰ ਸਿੰਘ ਉਮਰ 23 ਸਾਲ, ਜੋ ਕਿ 2 ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਅਤੇ ਘਰਦਿਆਂ ਦਾ ਇਕਲੌਤਾ ਬੇਟਾ ਸੀ। ਸਿਮਰਨਜੀਤ ਸਿੰਘ ਦੇ ਪਿਤਾ ਵੀ ਖੇਤੀਬਾੜੀ ਕਰਦੇ ਹਨ। ਲਗਭਗ 36 ਦਿਨ ਹੋ ਗਏ ਅਮਰੀਕਾ ਦੇ ਵਿੱਚ, ਬੱਚੇ ਵਿਦੇਸ਼ ਦੇ ਵਿੱਚ ਗਏ ਸੀ ਉਹਨੇ ਹੀ ਮਤਲਬ ਆਪਣੀ ਕਮਾਈ ਕਰਨ ਵਾਸਤੇ, ਅਤੇ ਉੱਥੇ ਡਰਾਈਵਰੀ ਕਰਦੇ ਸੀ, ਉੱਥੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਅਤੇ ਇਹਨਾਂ ਦੀ ਮੌਤ ਹੋ ਗਈ ਉੱਥੇ, ਅਤੇ ਹੁਣ ਅੱਜ ਇਹਨਾਂ ਦੀਆਂ ਮਤਲਬ ਮ੍ਰਿਤਕ ਸਰੀਰ ਇੱਥੇ ਆਣ ਕੇ ਸੰਸਕਾਰ ਕੀਤਾ ਗਿਆ ਅਤੇ ਪਰਿਵਾਰਾਂ ਦੀ ਦੋਨਾਂ ਦੀ ਬਹੁਤ ਮੰਦੀ ਹਾਲਤ ਆ ਜੀ। ਕੋਈ ਇਹਨਾਂ ਦੇ ਮਤਲਬ ਇਸ ਵੇਲੇ ਬਦਲਾਵ ਜਿਹੜਾ ਝੱਲਿਆ ਨਹੀਂ ਜਾਂਦਾ, ਅਤੇ ਦੂਸਰਾ ਇਹ ਬੱਚੇ ਜੇ ਗਿਆ ਨੂੰ ਥੋੜ੍ਹੀ ਦੇਰ ਹੋਈ ਸੀ, ਦੋਨੇ ਪਰਿਵਾਰਕ ਜਿਹੜੇ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਆ, ਅਤੇ ਇਹਨਾਂ ਦੇ ਬੱਚਿਆਂ ਦੇ ਸਿਰ ਦੀ ਉੱਤੇ ਇਹਨਾਂ ਦਾ ਨਿਰਵਾਹ ਚੱਲਦਾ ਸੀ, ਅਤੇ ਹੁਣ ਇਹਨਾਂ ਦੀ ਬਹੁਤ ਜ਼ਿਆਦਾ ਮੰਦੀ ਹਾਲਤ ਹੋਈ। ਇਹ ਨੌਜਵਾਨ ਇਕੱਲੇ ਇਕੱਲੇ ਬੇਟੇ ਸੀਗੇ ਅਤੇ 1.5 ਕੁ ਸਾਲ ਪਹਿਲਾਂ ਇਹ ਵਿਦੇਸ਼ ਦੇ ਵਿੱਚ ਗਏ। ਇੱਥੋਂ ਗਰੀਬ ਪਰਿਵਾਰ ਹੋਣ ਕਰਕੇ ਇਹ ਵਿਦੇਸ਼ ਗਏ ਸੀ ਕਿ ਆਪਾਂ ਉੱਥੇ ਜਾ ਕੇ ਕਮਾਈ ਕਰਕੇ ਆਪਾਂ ਵਧੀਆ ਆਪਣੇ ਘਰ ਆਪਣਾ ਕੁਛ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੰਗੀ ਚੀਜ਼ਾਂ ਜਾਂ ਕੁਛ ਹੋਰ ਜ਼ਮੀਨ ਜਾਇਦਾਦ ਤਾਂ ਲੈ ਕੇ ਦੇਵਾਂਗੇ, ਲੇਕਿਨ ਅਣਹੋਣੀ ਨੇ ਕੁਛ ਹੋਰ ਹੀ ਕਰ ਦਿੱਤਾ। ਮਹੀਨਾ ਕੁ ਪਹਿਲਾਂ ਕਰੀਬ ਇਹ ਖਬਰ ਮਿਲੀ ਕਿ ਇਹਨਾਂ ਦੋਵਾਂ ਬੱਚਿਆਂ ਦੀ ਅਮੈਰੀਕਾ ਦੇ ਵਿੱਚ ਟਰੱਕ ਦਾ ਐਕਸੀਡੈਂਟ ਹੋਣ ਦੇ ਨਾਲ ਮੌਤ ਹੋ ਗਈ, ਅਤੇ ਉਸ ਵੇਲੇ ਵੀ ਪਿੰਡ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਚੱਲੀ ਸੀ। ਅੱਜ 12 ਤਰੀਕ ਨੂੰ ਇਹਨਾਂ ਦੋਨਾਂ ਬੱਚਿਆਂ ਦੀਆਂ ਬੋਡੀਆਂ ਵਿਦੇਸ਼ 'ਚੋਂ ਵਾਪਸ ਆਈਆਂ ਅਤੇ ਅੱਜ ਪਿੰਡ ਟੀਰਕਿਆਣਾ ਦੇ ਸ਼ਮਸ਼ਾਨ ਘਾਟ ਵਿਖੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਇਹ ਬੱਚੇ ਬਚਪਨ ਤੋਂ ਹੀ ਇਕੱਠੇ ਰਹਿ ਰਹੇ ਸੀਗੇ ਇੱਥੇ, ਜਦੋਂ ਪਿੰਡ ਵੀ ਰਹਿੰਦੇ ਸੀ ਇਕੱਠੇ ਰਹਿੰਦੇ ਸੀਗੇ, ਅਤੇ ਜਦੋਂ ਬਾਹਰ ਵਿਦੇਸ਼ ਗਏ ਤਾਂ ਇੱਕ ਬੇਟਾ ਪਹਿਲਾਂ ਕੈਨੇਡਾ ਸੀਗਾ ਜਿਹੜਾ ਕਿ ਰਘਵੀਰ ਸਿੰਘ ਦਾ ਭਤੀਜਾ, ਰਘਵੀਰ ਸਿੰਘ ਟੀਰਕਿਆਣਾ ਦਾ ਭਤੀਜਾ ਸੀ, ਉਹ ਕੈਨੇਡਾ ਸੀ। ਕੈਨੇਡਾ ਤੋਂ ਬਾਅਦ ਫਿਰ ਉਹ ਅਮੈਰੀਕਾ ਚਲਾ ਗਿਆ, ਉੱਥੇ ਜਾ ਕੇ ਵੀ ਇਹਨਾਂ ਨੇ ਇਕੱਠਿਆਂ ਹੀ ਕੰਮ ਕੀਤਾ, ਇਕੱਠਿਆਂ ਹੀ ਟਰਾਲਾ ਚਲਾਇਆ, ਅਤੇ ਅੱਜ ਦੋਨਾਂ ਵਿਚਾਰਿਆਂ ਦਾ ਇਕੱਠਿਆਂ ਦਾ ਹੀ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਹੋਇਆ।